ਅਸਲਾਮ ਵਾਲੇਕਮ ਦੋਸਤੋ, ਇਹ ਆਪਣੇ ਜੱਟ ਸਾਹਿਬ ਲੱਗੇ ਹੋਏ ਹੈ। ਪਿੰਡ ਇਹਨਾਂ ਦੇ ਮੁੰਡੇ ਤੋਂ ਗੰਨ ਅਤੇ ਗਲੇ 'ਚੋਂ ਪਰਨਾ ਨਹੀਂ ਲੈਂਦਾ ਹੈ, ਅਤੇ ਇੱਥੇ ਵੇਖ ਲਓ ਮਿਹਨਤਾਂ ਮਜ਼ਦੂਰੀਆਂ ਇਸ ਤਰ੍ਹਾਂ ਹੁੰਦੀਆਂ ਨੇ ਸੋਦੀਆ ਦੇ ਵਿੱਚ। ਪਿੰਡ ਇਹਨਾਂ ਦੇ ਇੱਕ ਮੁੰਡੇ ਦੇ ਉੱਤੇ ਗੰਨ ਹੁੰਦੀ ਸੀ, ਅਤੇ ਦੂਜੇ 'ਤੇ ਜੱਟ ਸਾਹਿਬ ਕੀ ਹੁੰਦਾ ਸੀ, ਦੂਸਰੇ ਮੁੰਡੇ ਦੇ ਗਾਤਰਾ ਹੁੰਦਾ ਸੀ, ਅਤੇ ਪਰਨਾ ਵੀ ਹੈ। ਹਾਂਜੀ, ਅਤੇ ਇੱਥੇ ਇੱਕ ਹੱਥ 'ਚ ਗਰਿੰਡਰ ਅਤੇ ਬਾਕੀ ਅੱਗੋਂ ਸਮਝ ਗਏ ਹੋਣਗੇ ਉਹ।